On the eve of World Environment Day, myself Hit Abhilashi Sharma, on my channel Jankari Hit, going to share with you about the concept of World Environment Day, and the theme of this year's World Environment Day is the biodiversity. Let's join. ਅਸੀਂ ਜਾਣਦੇ ਹਾਂ 5 ਜੂਨ ਨੂੰ ਹਰ ਸਾਲ ਦੀ ਤਰ੍ਹਾਂ ਸਾਰੀ ਦੁਨੀਆ ਦੇ ਵਿੱਚ ਵਿਸ਼ਵ ਵਾਤਾਵਰਨ ਦਿਵਸ ਮਨਾਉਣ ਜਾ ਰਹੇ ਹਾਂ। ਵਿਸ਼ਵ ਵਾਤਾਵਰਨ ਦਿਵਸ ਦੀ ਈਵ ਦੇ ਉੱਪਰ ਤੁਹਾਡੇ ਨਾਲ ਕੁਝ ਮਹੱਤਵਪੂਰਨ ਗੱਲਾਂ ਸਾਂਝੀਆਂ ਕਰਨਾ ਚਾਹੁੰਦਾ। ਅਸੀਂ ਜਾਣਦੇ ਹਾਂ ਕਿ ਇਸ ਸਾਲ ਵਰਲਡ ਇਨਵਾਇਰਮੈਂਟ ਡੇ ਜੋ 5 ਜੂਨ ਨੂੰ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਣਾ ਹੈ, ਉਸਦਾ ਬੇਸਿਕ ਥੀਮ ਹੈ ਬਾਇਓਡਾਇਵਰਸਿਟੀ, ਜੈਵਿਕ ਭਿੰਨਤਾ। ਸਭ ਤੋਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਨਵਾਇਰਮੈਂਟ ਡੇ ਕਿਉਂ ਮਨਾਇਆ ਜਾਂਦਾ ਹੈ ਅਤੇ ਇਨਵਾਇਰਮੈਂਟ ਹੁੰਦਾ ਕੀ ਹੈ। ਦ ਸਰਾਊਂਡਿੰਗ ਔਰ ਕੰਡੀਸ਼ਨਸ ਇਨ ਵਿੱਚ ਆ ਪਰਸਨ, ਐਨੀਮਲਸ ਔਰ ਪਲਾਂਟ ਲਿਵਸ ਔਰ ਓਪਰੇਟ ਇਜ਼ ਨੋਨ ਐਜ਼ ਇਨਵਾਇਰਮੈਂਟ। ਜਿਸ ਤਰ੍ਹਾਂ ਸਾਡੇ ਘਰਾਂ ਦੇ ਵਿੱਚ ਜਿੱਥੇ ਅਸੀਂ ਰਹਿੰਦੇ ਹਾਂ ਉਹ ਸਾਡਾ ਵਾਤਾਵਰਨ ਹੈ ਘਰ ਦਾ। ਸਾਡੇ ਚਾਰੇ ਪਾਸੇ ਜਿੱਥੇ ਵਿਅਕਤੀ, ਜਿਹੜੇ ਜਾਨਵਰ ਨੇ, ਪਸ਼ੂ ਪਕਸ਼ੀ, ਇਹ ਕੁਦਰਤ ਦੇ ਪਲਾਂਟਸ ਰਹਿੰਦੇ ਨੇ, ਜਿੱਥੋਂ ਉਹ ਕੰਮ ਕਰਦੇ ਨੇ, ਉਹਨੂੰ ਹੀ ਅਸੀਂ ਵਾਤਾਵਰਨ ਕਹਿੰਦੇ ਹਾਂ। ਵਰਲਡ ਇਨਵਾਇਰਮੈਂਟ ਦੇ ਵੀ ਕੈਨ ਸੇ ਦੈਟ ਇਟ ਇਜ਼ ਟਾਈਮ ਫੋਰ ਨੇਚਰ। ਇਹ ਉਹ ਸਮਾਂ ਹੁੰਦਾ ਜਦੋਂ ਅਸੀਂ ਕੁਦਰਤ ਦੇ ਲਈ ਟਾਈਮ ਦੇਣ ਦੇ ਲਈ ਆਪਣੇ ਆਪ ਨਾਲ ਪ੍ਰਣ ਕਰ ਸਕਦੇ ਹਾਂ, ਕਿਉਂਕਿ ਇਕੱਠੇ ਮਿਲ ਕੇ ਜੇਕਰ ਕੋਸ਼ਿਸ਼ ਕੀਤੀ ਜਾਵੇ ਤਾਂ ਹੀ ਤਾਂ ਅਸੀਂ ਕੁਦਰਤ ਨੂੰ ਬਚਾ ਪਾਵਾਂਗੇ। ਕਿੰਨਾ ਅਥਾਹ ਭੰਡਾਰ ਹੈ ਸਾਡੀ ਕੁਦਰਤ। ਦ ਫੂਡਸ ਵੀ ਈਟ, ਦ ਏਅਰ ਵੀ ਬਰੀਥ, ਦ ਵਾਟਰ ਵੀ ਡਰਿੰਕ ਐਂਡ ਦ ਕਲਾਈਮੇਟ ਦੈਟ ਮੇਕਸ ਆਵਰ ਪਲੈਨਟ ਹੈਬੀਟੇਬਲ ਆਲ ਕਮਸ ਫਰੋਮ ਨੇਚਰ। ਕੋਈ ਹੋਰ ਦੇਣ ਨਹੀਂ ਆਉਂਦਾ, ਕੁਦਰਤ ਨੇ ਸਾਨੂੰ ਦਿੱਤਾ। ਤਾਂ ਹੀ ਤਾਂ ਗੁਰੂ ਨਾਨਕ ਦੇਵ ਜੀ ਨੇ ਉਸ ਸਮੇਂ ਤੋਂ ਹੀ ਧਰਤ ਅਤੇ ਪਾਣੀ ਦੇ ਉਸ ਮਹੱਤਵ ਨੂੰ ਪਹਿਚਾਣਿਆ ਸੀ। ਆਓ ਅੱਜ ਇਸ ਮੌਕੇ ਦੇ ਉੱਤੇ ਜਦੋਂ ਦੁਨੀਆ 5 ਜੂਨ ਨੂੰ ਯੂਨਾਈਟਿਡ ਨੇਸ਼ਨਸ ਦੇ ਚਲਾਏ ਗਏ ਪ੍ਰੋਗਰਾਮ ਦੇ ਅੰਤਰਗਤ ਵਰਲਡ ਇਨਵਾਇਰਮੈਂਟ ਡੇ ਮਨਾਉਣ ਜਾ ਰਹੀ ਹੈ, ਤਾਂ ਕਿ ਲੋਕਾਂ ਦੇ ਵਿੱਚ ਵਾਤਾਵਰਨ ਦੇ ਸੰਬੰਧ ਦੇ ਵਿੱਚ ਅਸੀਂ ਜਾਗਰੂਕਤਾ ਪੈਦਾ ਕਰ ਸਕੀਏ। ਉਸ ਹਾਲਤ ਦੇ ਵਿੱਚ ਜ਼ਰੂਰੀ ਹੈ ਅਸੀਂ ਦੁਨੀਆ ਨੂੰ ਜਾਗਰੂਕ ਕਰੀਏ, ਅਸੀਂ ਆਪਣੇ ਵਾਤਾਵਰਨ ਨੂੰ ਪਿਆਰ ਕਰੀਏ। ਅੱਜ ਦੇ ਇਸ ਵਿਸ਼ੇਸ਼ ਅਵਸਰ ਦੇ ਉੱਤੇ ਮੈਂ ਸਾਰਿਆਂ ਨੂੰ ਹੀ ਪਹਿਲਾਂ ਤਾਂ ਵਧਾਈ ਵੀ ਦਿੰਦਾ ਅਤੇ ਨਾਲ ਹੀ ਮਿਲ ਕੇ ਪ੍ਰਣ ਕਰਨ ਦੇ ਲਈ ਵੀ ਪ੍ਰੇਰਿਤ ਕਰਦਾ। ਇਸ ਸਾਲ ਵਿਸ਼ੇਸ਼ ਰੂਪ ਦੇ ਵਿੱਚ ਵਿਸ਼ਵ ਵਾਤਾਵਰਨ ਦਿਵਸ 2020 ਦਾ ਮੇਨ ਥੀਮ ਹੈ ਬਾਇਓਡਾਇਵਰਸਿਟੀ, ਜੈਵਿਕ ਭਿੰਨਤਾ। ਅੱਜ ਦੇ ਇਸ ਦਿਨ ਨੂੰ, ਕਿਉਂਕਿ ਇਹ ਦੁਨੀਆ ਦੇ 143 ਤੋਂ ਵੀ ਜ਼ਿਆਦਾ ਦੇਸ਼ਾਂ ਦੇ ਵਿੱਚ ਮਨਾਇਆ ਜਾਣ ਵਾਲਾ ਹੈ, ਇਸ ਨੂੰ ਪੀਪਲਸ ਡੇ ਕਿਹਾ ਜਾ ਸਕਦਾ ਹੈ, ਕਿਉਂਕਿ ਅਸੀਂ ਸਾਰੇ ਮਿਲ ਕੇ ਨੇਚਰ ਦੇ ਪ੍ਰਤੀ, ਜ਼ਮੀਨ ਦੇ ਪ੍ਰਤੀ, ਧਰਤ ਮਾਤਾ ਜਿਸ ਨੂੰ ਕਿਹਾ ਗਿਆ, ਵਾਤਾਵਰਨ ਦੇ ਪ੍ਰਤੀ ਲੋਕਾਂ ਨੂੰ ਸੁਚੇਤ ਕਰ ਸਕਦੇ ਹਾਂ ਅਤੇ ਇੱਕ ਦੂਜੇ ਦੀ ਸਪੋਰਟ ਕਰ ਸਕਦੇ ਹਾਂ। ਬਾਇਓਡਾਇਵਰਸਿਟੀ ਹੈ ਕੀ, ਜੋ ਇਸ ਵਾਰ ਵਾਤਾਵਰਨ ਦਿਵਸ ਦਾ ਥੀਮ ਹੈ। ਜੋ ਜੈਵਿਕ ਭਿੰਨਤਾ ਹੈ, ਇਹਦਾ ਮਤਲਬ ਹੈ ਜੀਵਨ ਜੋ ਪ੍ਰਿਥਵੀ ਦੇ ਉੱਤੇ ਵੱਖ ਵੱਖ ਕਿਸਮਾਂ ਦਾ, ਵੱਖ ਵੱਖ ਕਿਸਮ ਦੇ ਜੀਵ ਜੰਤੂ ਪ੍ਰਾਣੀ ਪੌਦੇ, ਅਤੇ ਉਹਨਾਂ 'ਚ ਪਰਿਵਰਤਨਸ਼ੀਲਤਾ ਜੋ ਆਉਂਦੀ ਹੈ, ਜੋ ਅਨੁਵੰਸ਼ਿਕ ਪ੍ਰਜਾਤੀਆਂ ਲਗਾਤਾਰ ਚੱਲਦੀਆਂ ਆ ਰਹੀਆਂ ਨੇ, ਉਹਨਾਂ ਸਾਰਿਆਂ ਦੀ ਭਿੰਨਤਾ ਨੂੰ ਬਣਾਏ ਰੱਖਣਾ ਹੀ ਇਸ ਵਾਰ ਵਾਤਾਵਰਨ ਦਿਵਸ ਦਾ ਥੀਮ ਹੈ, ਲੋਕਾਂ ਨੂੰ ਪ੍ਰੇਰਿਤ ਕਰਨਾ।
ਕੁਦਰਤ ਦੇ ਹਰ ਹਿੱਸੇ ਨੂੰ ਜੇਕਰ ਅਸੀਂ ਜਾਣਨ ਦੀ ਕੋਸ਼ਿਸ਼ ਕਰੀਏ, ਖੂਬਸੂਰਤੀ ਦਾ ਭੰਡਾਰ ਹੈ। ਇਹੀ ਭਿੰਨਤਾ ਤਾਂ ਹੈ, ਇਹੀ ਡਾਇਵਰਸਿਟੀ ਸਾਨੂੰ ਜ਼ਮੀਨ ਦੇ ਉੱਤੇ ਦੁਨੀਆ ਦੇ ਵੱਖ ਵੱਖ ਦੇਸ਼ਾਂ ਦੇ ਵਿੱਚ ਦੇਖਣ ਨੂੰ ਮਿਲਦੀ ਹੈ। ਦੁਨੀਆ ਦੇ ਕਿਸੇ ਦੇਸ਼ ਦੇ ਵਿੱਚ ਕਿਸੇ ਰੰਗਾਂ ਦੇ ਪੰਛੀ ਹਨ, ਕਿਤੇ ਕੋਈ ਖਾਸ ਕਿਸਮ ਦੇ ਜਾਨਵਰ ਮਿਲਦੇ ਹਨ, ਕਿਤੇ ਖਾਸ ਕਿਸਮ ਦੇ ਪੌਦੇ ਮਿਲਦੇ ਹਨ। ਇਸ ਨੂੰ ਹੀ ਤਾਂ ਅਸੀਂ ਜੈਵਿਕ ਭਿੰਨਤਾ ਜਾਂ ਬਾਇਓਡਾਇਵਰਸਿਟੀ ਦਾ ਨਾਮ ਦਿੰਦੇ ਹਾਂ। ਹੋਇਆ ਕੀ ਹੈ, ਇਨਸਾਨ ਖੁਦ ਇਸ ਭਿੰਨਤਾ ਦੇ ਲਈ ਖਤਰਾ ਬਣ ਗਿਆ। ਬਾਇਓਡਾਇਵਰਸਿਟੀ ਇਜ਼ ਅੰਡਰ ਸੀਰੀਅਸ ਥ੍ਰੈਟ ਐਜ਼ ਅ ਰਿਜ਼ਲਟ ਆਫ ਹਿਊਮਨ ਐਕਟੀਵਿਟੀਜ਼। ਦ ਬੇਸਿਕਲੀ ਵੀ ਕੈਨ ਸੇ ਦੈਟ ਦ ਮੇਨ ਡੇਂਜਰਸ ਵਰਲਡ ਵਾਈਡ ਆਰ ਪਾਪੂਲੇਸ਼ਨ ਗਰੋਥ। ਕਿੰਨੀ ਜਨਸੰਖਿਆ ਵੱਧ ਰਹੀ ਹੈ, ਐਂਡ ਵੀ ਆਰ ਕੰਟੀਨਿਊਲੀ ਰਿਸੋਰਸ ਕੰਜ਼ਿਊਮਿੰਗ ਪਰਸਨਸ। ਵੀ ਆਰ ਨੋਟ ਓਨਲੀ ਯੂਜ਼ਿੰਗ ਦ ਰਿਸੋਰਸਿਸ ਆਫ ਨੇਚਰ, ਰਾਦਰ ਵੀ ਆਰ ਐਕਸਪਲਾਈਟਿੰਗ ਦੈਮ। ਅਸੀਂ ਪ੍ਰਕਿਰਤਿਕ ਸਾਧਨਾਂ ਦਾ ਦੋਹਨ ਕਰ ਰਹੇ ਹਾਂ, ਉਹਨਾਂ ਨੂੰ ਖਤਮ ਕਰਨ ਦੇ ਵੱਲ ਵੱਧ ਰਹੇ ਹਾਂ, ਆਉਣ ਵਾਲੇ ਭਵਿੱਖ ਦੇ ਪ੍ਰਤੀ ਸੋਚ ਹੀ ਨਹੀਂ ਰਹੇ। ਨੋਟ ਓਨਲੀ ਦ ਪਾਪੂਲੇਸ਼ਨ ਐਂਡ ਰਿਸੋਰਸ ਕੰਜਮਸ਼ਨ, ਅਦਰ ਰੀਜ਼ਨਸ ਆਲਸੋ ਵਿਚ ਆਰ ਕ੍ਰੀਏਟਿੰਗ ਡੇਂਜਰ ਟੂ ਬਾਇਓਡਾਇਵਰਸਿਟੀ, ਕਲਾਈਮੇਟ ਚੇਂਜ, ਗਲੋਬਲ ਵਾਰਮਿੰਗ, ਹੈਬਿਟੇਟ ਕਨਵਰਜ਼ਨ, ਅਰਬਨਾਈਜੇਸ਼ਨ, ਇਨਵੈਸਿਵ ਅਲਾਇੰਸ ਸਪੇਸਿਸ, ਓਵਰ ਐਕਸਪਲਾਈਟੇਸ਼ਨ ਆਫ ਨੈਚੁਰਲ ਰਿਸੋਰਸਿਸ। ਇਹ ਸਾਰਾ ਕੁਛ ਤਾਂ ਸਾਡੀ ਬਾਇਓਡਾਇਵਰਸਿਟੀ ਨੂੰ ਖਤਮ ਕਰ ਰਿਹਾ, ਪਰ ਇਹਦੇ ਵਿੱਚ ਜੇਕਰ ਬੇਸਿਕ ਅਸੀਂ ਜਾਣਨ ਦੀ ਕੋਸ਼ਿਸ਼ ਕਰੀਏ, ਮਨੁੱਖ ਦੀਆਂ ਗਤੀਵਿਧੀਆਂ ਨੇ ਕਿਸ ਤਰ੍ਹਾਂ, ਅਸੀਂ ਚਾਰੇ ਪਾਸੇ ਦੇਖਦੇ ਹਾਂ ਕਿ ਸਾਰਾ ਸਾਲ ਬਾਰ ਬਾਰ ਜ਼ਮੀਨ ਨੂੰ ਉਹਦੇ ਉਸ ਜ਼ਮੀਨ ਨੂੰ ਜੋ ਸਾਨੂੰ ਅਨਾਜ ਦਿੰਦੀ ਹੈ ਉਹਨੂੰ ਸਾੜ ਦਿੱਤਾ ਜਾਂਦਾ ਹੈ। ਕਿਵੇਂ ਅਸੀਂ ਧਰਤ ਮਾਂ ਦੇ ਸੀਨੇ ਨੂੰ ਸਾੜ ਦਿੰਦੇ ਹਾਂ, ਕਿਵੇਂ ਫੈਕਟਰੀ ਤੋਂ ਨਿਕਲਿਆ ਹੋਇਆ ਧੂੰਆਂ ਕੁਦਰਤ ਦੇ ਸਵੱਛ ਵਾਤਾਵਰਣ ਨੂੰ ਖਰਾਬ ਕਰਦਾ ਹੈ, ਕਿਸ ਤਰ੍ਹਾਂ ਕੁਦਰਤ ਦੇ ਸੋਹਣੇ ਦਰੱਖਾਂ ਨੂੰ ਮਨੁੱਖ ਨੇ ਆਪਣੀ ਵਰਤੋਂ ਦੇ ਲਈ ਕੱਟਦਾ ਤਾਂ ਹੈ ਪਰ ਬੀਜਦਾ ਨਹੀਂ। ਸਵੱਛ ਪਾਣੀ ਜੋ ਪੀਣ ਯੋਗ ਸੀ ਉਹਦੇ ਕਿਨਾਰੇ ਅਸੀਂ ਗੰਦਗੀ ਦੇ ਢੇਰ ਲਗਾ ਦਿੰਦੇ ਹਾਂ, ਕਦੇ ਪੂਜਾ ਪਾਠ ਦੇ ਨਾਮ ਦੇ ਉੱਤੇ, ਕਦੇ ਆਪਣੀ ਗੰਦਗੀ ਨੂੰ ਉਹਨਾਂ ਸਵੱਛ ਸਾਧਨਾਂ ਦੇ ਵਿੱਚ ਫੈਂਕ ਦਿੰਦੇ ਹਾਂ। ਸ਼ਹਿਰਾਂ ਦੇ ਵਿੱਚੋਂ ਨਿਕਲਣ ਵਾਲਾ ਗੰਦਾ ਪਾਣੀ, ਸੀਵਰੇਜ ਦਾ ਪਾਣੀ, ਫੈਕਟਰੀਆਂ 'ਚੋਂ ਨਿਕਲਣ ਵਾਲਾ ਧੂੰਆਂ, ਫੈਕਟਰੀਆਂ ਦਾ ਗੰਦਾ ਪਾਣੀ, ਅਤੇ ਇਹਦਾ ਨਤੀਜਾ ਕੀ ਨਿਕਲਿਆ ਕਿ ਖੁਦ ਹੀ ਬਣਾਏ ਜਾਲ ਦੇ ਵਿੱਚ ਅਸੀਂ ਖੁਦ ਹੀ ਫਸ ਗਏ। ਇਨਸਾਨ ਦੇ ਲਈ ਸੜਕਾਂ ਦੇ ਉੱਤੇ ਚੱਲਣਾ ਮੁਸ਼ਕਿਲ ਹੁੰਦਾ ਜਾ ਰਿਹਾ। ਇਸ ਢੰਗ ਦੇ ਨਾਲ ਅਸੀਂ ਬਹੁਤ ਸਾਰੇ ਢੰਗ ਨੇ ਜਿਹਦੇ ਨਾਲ ਅਸੀਂ ਕੁਦਰਤ ਨੂੰ ਨਸ਼ਟ ਕਰ ਰਹੇ ਹਾਂ, ਬਰਬਾਦ ਕਰ ਰਹੇ ਹਾਂ। ਵੀ ਆਰ ਟੂ ਡਿਸਾਈਡ ਵੈਦਰ ਵੀ ਵਾਂਟ ਟੂ ਲਿਵ ਇਨ ਦਿਸ ਵੇ, ਵੈਦਰ ਵੀ ਵਾਂਟ ਗ੍ਰੀਨ ਅਰਥ, ਵੈਦਰ ਵੀ ਵਾਂਟ ਟੂ ਲਿਵ ਅ ਇਨਡੇਂਜਰਡ ਅਰਥ ਜਿੱਥੇ ਚਾਰੋਂ ਪਾਸੇ ਬਰਬਾਦੀ ਹੈ, ਕਾਲਾਪਨ ਹੈ। ਪਰ ਸਾਨੂੰ ਰੁਕਣਾ ਪਏਗਾ, ਲੈਟਸ ਸਟੋਪ। ਕਿਵੇਂ ਰੋਕਾਂਗੇ ਅਸੀਂ ਬਾਇਓਡਾਇਵਰਸਿਟੀ ਅਤੇ ਵਾਤਾਵਰਨ ਦੀ ਇਸ ਬਰਬਾਦੀ ਨੂੰ? ਵੀ ਸ਼ੁੱਡ ਸਟੋਪ ਏਅਰ ਪੋਲਿਊਸ਼ਨ, ਰੇਡੀਓ ਐਕਟਿਵ ਪੋਲਿਊਸ਼ਨ, ਵਾਟਰ ਪੋਲਿਊਸ਼ਨ, ਸੋਇਲ ਪੋਲਿਊਸ਼ਨ, ਲਾਈਟ ਪੋਲਿਊਸ਼ਨ, ਨੋਇਸ ਪੋਲਿਊਸ਼ਨ, ਪਲਾਸਟਿਕ ਪੋਲਿਊਸ਼ਨ। ਹਾਊ ਮੈਨੀ ਪੋਲਿਊਸ਼ਨ ਐਜ਼ ਅ ਹਿਊਮਨ ਬੀਂਗ ਵੀ ਆਰ ਕ੍ਰੀਏਟਿੰਗ ਐਂਡ ਜਸਟ ਇਨਡੇਂਜਰਿੰਗ ਆਵਰ ਬਿਊਟੀਫੁਲ ਨੇਚਰ, ਬਿਊਟੀਫੁਲ ਅਰਥ। ਆਓ ਇੱਕ ਦੂਜੇ ਨਾਲ ਹੱਥ ਜੋੜੀਏ, ਇੱਕ ਇੱਕ ਕਦਮ ਮਿਲ ਕੇ ਚੱਲੀਏ, ਇੱਕ ਇੱਕ ਹੱਥ ਮਿਲਦੇ ਹੋਏ ਕਾਫਲਾ ਬਣਾਈਏ। ਲੈਟਸ ਜੁਆਇਨ ਹੈਂਡ ਟੂ ਸੇਵ ਆਰ ਅਰਥ। ਹਾਊ ਕੈਨ ਵੀ ਸੇਵ ਆਰ ਅਰਥ, ਦਿਸ ਬਿਊਟੀਫੁਲ ਨੇਚਰ, ਬਿਊਟੀਫੁਲ ਅਰਥ, ਬਿਊਟੀਫੁਲ ਬਾਇਓਡਾਇਵਰਸਿਟੀ, ਹਾਊ ਕੈਨ ਵੀ ਸੇਵ? ਲੈਟਸ ਜੁਆਇਨ ਟੂਗੈਦਰ, ਥਿੰਕ ਗ੍ਰੀਨ, ਗਰੋ ਮੋਰ ਗ੍ਰੀਨ। ਦੈਟ ਇਜ਼ ਦ ਮੇਨ ਪਰਪਸ ਬਿਹਾਈਂਡ ਵਰਲਡ ਇਨਵਾਇਰਮੈਂਟ ਡੇ, ਜਸਟ ਟੂ ਮੋਟੀਵੇਟ ਦ ਪੀਪਲ, ਮੇਕ ਦਮ ਵਰਕ ਐਜ਼ ਅ ਯੂਨਿਟ ਫੋਰ ਟੂ ਸੇਵ ਦ ਅਰਥ। ਇੱਕ ਇੱਕ ਮਿਲ ਕੇ ਛੋਟੇ ਛੋਟੇ ਪੌਦੇ ਲਗਾਈਏ, ਸਿਰਫ ਉਹਨਾਂ ਨੂੰ ਲਗਾਉਣਾ ਹੀ ਨਹੀਂ, ਉਹਨਾਂ ਦਾ ਪਾਲਣ ਪੋਸ਼ਣ ਵੀ ਕਰਨਾ ਹੈ, ਜਿਵੇਂ ਕੁਦਰਤ ਸਾਡਾ ਪਾਲਣ